ਅਸੀਂ ਕੀਤੀ ਸੀਗੀ ਮੂਵ ਕਮਾਂਡ, ਹੈ ਨਾ, ਮੂਵ ਕੀਤੀ ਸੀਗੀ, ਕਾਪੀ ਕੀਤੀ ਸੀਗੀ, ਰੋਟੇਟ ਕੀਤੀ ਸੀਗੀ, ਹੈ ਨਾ। ਹੁਣ ਇੱਕ ਚੀਜ਼ ਦੇਖੀਏ, ਹੁਣ ਆਪਣੇ ਕੋਲ ਬਹੁਤ ਸਾਰੀ ਡਰਾਇੰਗਸ ਬਣੀਆਂ ਹੋਈਆਂ, ਹੈ ਨਾ, 1 2 3 4 5 ਅਤੇ ਕੁਛ ਇਹੋ ਜਿਹੇ ਨਲੈਕ ਜਿਹਾ ਨਹੀਂ ਲੱਗ ਰਿਹਾ ਵੀ ਇਹ ਥੱਲੇ ਹੈ, ਇਹ ਉੱਤੇ ਹੈ, ਇਹ ਥੱਲੇ ਹੈ, ਇਹ ਫਿਰ ਠੀਕ ਹੈ, ਇਹ ਦੋਨੋਂ ਠੀਕ ਹੈ, ਇਹ ਤਿੰਨੋਂ ਠੀਕ ਹੈ, ਇਹ ਉੱਤੇ ਚਲੀ ਗਈ ਅਤੇ ਇਹ ਵੀ ਉੱਤੇ ਚਲੀ ਗਈ, ਹੈ ਨਾ। ਅਤੇ ਅਸੀਂ ਕੀ ਕਰਾਂਗੇ, ਇੱਥੇ ਇੱਕ ਲਾਈਨ ਲਗਾਵਾਂਗੇ ਅਤੇ ਇਹਨੂੰ ਮੂਵ ਕਰਕੇ ਇੱਥੋਂ ਦੀ ਰੱਖ ਦਾਂਗੇ, ਠੀਕ ਹੈ। ਧਿਆਨ ਨਾਲ ਦੇਖਿਓ, ਮੂਵ ਓਬਜੈਕਟ ਸਿਲੈਕਟ ਐਂਟਰ ਬੇਸ ਪੁਆਇੰਟ, ਠੀਕ ਹੈ। ਹੁਣ ਮੈਂ ਇੱਥੇ ਕਲਿੱਕ ਨਹੀਂ ਕਰ ਰਿਹਾ, ਜਸਟ ਉਹਦੇ ਨੂੰ ਦਿਖਾਇਆ ਹੈ ਏ ਪੁਆਇੰਟ ਨੂੰ, ਅਤੇ ਇਹਨੂੰ ਡਰੈਗ ਕੀਤਾ ਇੱਧਰ, ਵਾਪਸ ਆਪਣੇ ਇੱਥੇ ਆ ਗਏ। ਉਹ ਦੇਖੋ ਡੋਟਡ ਲਾਈਨ ਆਟੋਮੈਟਿਕਲੀ ਆ ਗਈ, ਅਤੇ ਹੁਣ ਆਪਾਂ ਉਹਦੀ ਸੀਟ 'ਤੇ ਰੱਖ ਸਕਦੇ, ਠੀਕ, ਕਿਉਂਕਿ ਇੱਕ ਸੀਟ 'ਚ ਹੋਣੇ ਚਾਹੀਦੇ ਨਾ। ਦੇਖੋ ਇਹਨੇ ਸਿਲੈਕਟ ਕੀਤਾ, ਇਹਨੂੰ ਵੀ ਕਰ ਲੈਂਦੇ ਥੋੜ੍ਹਾ ਜਿਹਾ ਮੂਵ, ਇਹਦੇ ਸੈਂਟਰ ਤੋਂ ਮੂਵ ਕਰਨਾ ਚਾਹੁੰਦੇ ਇਹਦੀ ਸੀਧ 'ਚ, ਔਰਥੋ ਬੰਦ ਕਰ ਇਹਦੀ ਸੀਧ 'ਚ, ਨੂੰ ਬਸ ਡਾਇਰੈਕਸ਼ਨ ਦਿਖਾ ਦੇਣੀ ਆ, ਹਾਂ ਉਧਰ ਇੱਧਰ ਲੈ ਜਾ ਕੇ ਫਿਰ ਉੱਧਰ, ਹਾਂ ਫਿਰ ਐਂਟਰ, ਹਾਂ ਇਹਦੀ ਸ਼ਕਲ ਦਿਖਾ ਦੇਣੀ, ਪ੍ਰੈਕਟਿਸ ਕਰਨੀ ਪੈਣੀ ਤੁਹਾਨੂੰ ਬਹੁਤ ਜ਼ਿਆਦਾ, ਠੀਕ ਹੈ। ਮਤਲਬ ਦੇਖਣ ਨੂੰ ਤਾਂ ਸੌਖਾ ਹੀ ਲੱਗ ਰਿਹਾ, ਬਟ ਥੋੜ੍ਹਾ ਜਿਹਾ ਹੈਗਾ ਇਹਦੇ ਵਿੱਚ ਟ੍ਰਿਕ, ਉਹ ਪ੍ਰੈਕਟਿਸ ਕਰਨ 'ਤੇ ਹੀ ਆਊਗਾ, ਠੀਕ ਹੈ। ਇਹਨੂੰ ਦਿਖਾਉਣਾ ਹੈ ਅਤੇ ਕਿਉਂਕਿ ਮਾਊਸ ਨੂੰ ਕਿੱਦਾਂ ਹਿਲਾਉਣਾ ਹੈ, ਜੇ ਤੁਸੀਂ ਗਲਤ ਡਾਇਰੈਕਸ਼ਨ 'ਚ ਹਿਲਾ ਤਾ ਤਾਂ ਫਿਰ ਉਹਨੇ ਉੱਪਰ ਥੱਲੇ ਹੋ ਜਾਣਾ, ਇਹ ਨਹੀਂ ਆਉਂਦਾ ਸੀਗਾ ਡਿਸੀਜਨ ਨੂੰ ਪਹਿਲਾਂ। ਇਹਦੇ ਬੈਠਣ ਦਾ ਇਹ ਫਾਇਦਾ ਹੋ ਜਾਂਦਾ, ਫਿਰ ਮੈਂ ਉਹਦੇ ਵਿੱਚ ਇੰਟਰਸਟਿਡ ਹੋ ਜਾਂਦਾ ਵੀ ਇਹਨੂੰ ਕਿੱਦਾਂ ਸਿਖਾਇਆ। ਠੀਕ ਹੈ, ਅਤੇ ਆਪਾਂ ਕੀਤੀ ਸੀ ਕਾਪੀ ਕਮਾਂਡ, ਹੈ ਨਾ, ਅਤੇ ਹੁਣ ਜਿੱਦਾਂ ਮੈਨੂੰ ਇੱਥੇ ਕੋਈ ਹੋਰ ਡਰਾਇੰਗ ਚਾਹੀਦੀ ਹੈ ਤਾਂ ਮੈਂ ਕਾਪੀ ਕਰਕੇ ਇਹ ਟਾਈਟਲ ਬਲੌਕ ਵਗੈਰਾ ਚੱਕ ਕੇ ਇੱਥੇ ਭਜਾ ਸਕਦਾ, ਔਰ ਫੋਨ ਕਰੋ ਇੱਥੇ ਕਲਿੱਕ ਕਰੋ, ਹੁਣ ਮੇਰੇ ਕੋਲ ਖਾਲੀ ਆ ਗਿਆ, ਠੀਕ ਨਹੀਂ। ਹੁਣ ਮੈਂ ਸਪੋਜ਼ ਕਰੋ ਇੱਥੇ ਲਿਖਣੇ ਹੈ ਡੇਟ, ਇੱਥੇ ਲਿਖ, ਇੱਥੇ ਵੀ ਡੇਟ ਲਿਖੀ ਹੁੰਦੀ, ਡੇਟ ਨੂੰ ਕਾਪੀ ਕੀਤਾ ਇੱਥੇ ਚੱਕ ਕੇ, ਇੱਥੇ ਡਬਲ ਕਲਿੱਕ ਕੀਤਾ, ਅਤੇ ਇਹਨੂੰ ਮਿਟਾ ਕੇ ਅੱਜ 1 ਤਰੀਕ 2018, ਠੀਕ ਹੈ। ਥੋੜ੍ਹਾ ਜਿਹਾ ਸਕੇਲ ਛੋਟਾ ਕਰ ਦਿੰਦੇ ਹਾਂ, ਜ਼ਿਆਦਾ ਹੀ ਛੋਟਾ, ਵੱਡਾ ਕਰ ਦਿੰਦੇ, ਥੋੜ੍ਹਾ ਜਿਹਾ ਹੋਰ ਵੱਡਾ ਕਰ ਦਿੰਦੇ, ਥੋੜ੍ਹਾ ਜਿਹਾ ਇਹਨੂੰ ਮੂਵ ਕਰ ਦਿੰਦੇ ਹਾਂ, ਨਹੀਂ ਹੋ ਰਿਹਾ ਸਹੀ ਤੇ ਹੋਰ ਤੋਂ ਬੰਦ ਕਰਕੇ ਫੇਰ ਮੂਵ ਕਰ। ਅਗਲੀ ਵਾਰੀ ਤੁਹਾਨੂੰ ਇਹ ਸਾਰਾ ਕੁਛ ਕਰਨ ਦੀ ਲੋੜ ਨਹੀਂ ਹੈ, ਕਾਪੀ ਕਰੋ, ਕਲਿੱਕ ਕਰੋ, ਕਲਿੱਕ ਕਰੋ, ਕਲਿੱਕ ਕਰੋ। ਜੇ ਤੁਸੀਂ ਡੇਟ ਚੇਂਜ ਕਰਨਾ ਚਾਹੁੰਦੇ ਹੋ ਜਸਟ ਡਬਲ ਕਲਿੱਕ ਕਰੋ ਚੇਂਜ, ਫਿਰ ਤੁਹਾਨੂੰ ਬਾਰ ਬਾਰ ਉਹਦਾ ਸਾਈਜ਼ ਸੂਈਜ਼ ਚੇਂਜ ਕਰਨ ਦੀ ਜ਼ਰੂਰਤ ਨਹੀਂ, ਠੀਕ ਹੈ ਨਹੀਂ। ਫਿਰ ਹੁਣ ਕੋਈ ਕਹਿੰਦਾ ਇਹ ਤਾਂ ਸਟ੍ਰੇਟ ਮੈਨੂੰ ਸੋਹਣਾ ਨਹੀਂ ਲੱਗ ਰਿਹਾ, ਇਹਨੂੰ ਲਿਟਾ ਦਿਓ ਹੋਰੀਜ਼ੋਂਟਲ,
ਤੇ ਅਸੀਂ ਕੀ ਕਰ ਸਕਦੇ ਹਾਂ ਇਹਨੂੰ ਰੋਟੇਟ ਕਰ ਸਕਦੇ ਸੈਂਟਰ ਪੁਆਇੰਟ ਤੋਂ 90 ਡਿਗਰੀ ਤੋਂ। ਟੈਕਸਟ ਬੜਾ ਸਮਝਦਾਰ ਹੈ, ਟੈਕਸਟ ਆਟੋਮੈਟਿਕਲੀ ਰੋਟੇਟ ਹੋ ਗਿਆ। ਇਹ ਲੱਗ ਰਿਹਾ ਇੰਨੀ ਦੂਰ ਕਿਉਂ ਲਿਖ ਤੱਕ ਕ੍ਰਿਕਟ ਖੇਡਣ ਵਾਲਾ, ਪੜ੍ਹਾ ਜਾਂਦੇ ਦੀ ਪੜ੍ਹਿਆ ਲਿਖਿਆ ਲੱਗਣਾ ਚਾਹੀਦਾ। ਹੁਣ ਦੇਖਣ ਨੂੰ ਇਹ ਨੀ ਲੱਗ ਰਿਹਾ ਵੀ ਨਿੱਕਾ ਜਿਹਾ ਬਣਾਤਾ ਇੱਥੇ ਕ੍ਰਿਕਟ ਥੋੜੀ ਖੇਡਣ ਆਪਾਂ ਖਾਲੀ ਜਗ੍ਹਾ ਤੇ, ਤੇ ਆਪਾਂ ਕੀ ਕਰਾਂਗੇ ਸਕੇਲ ਕਮਾਂਡ ਲੈ ਕੇ ਇਹਦਾ ਸਕੇਲ ਡਬਲ ਕਰ। ਪਰ ਪ੍ਰੋਬਲਮ ਕੀ ਹੋਊਗੀ, ਡਿਮੈਂਸ਼ਨਾਂ ਦਾ ਵੀ ਸਕੇਲ ਵੱਡਾ ਹੋ, ਠੀਕ ਹੈ, ਇਸ ਕਰਕੇ ਯਾਨੀ ਇਹ ਕੰਮ ਨਹੀਂ ਕਰ, ਠੀਕ ਹੈ, ਛੋਟਾ ਹੀ ਰਹਿ ਜਾ, ਠੀਕ ਹੈ, ਨਹੀਂ ਤਾਂ ਡਿਮੈਂਸ਼ਨ ਗਲਤ ਹੋ ਜਾਊਗੀ ਨਾ। ਵੈਸੇ ਇਹਦਾ ਵੀ ਹੱਲ ਹੈਗਾ ਡਿਮੈਂਸ਼ਨਾਂ ਦਾ ਵੀ, ਬਟ ਆਪਾਂ ਜਦੋਂ ਡਿਮੈਂਸ਼ਨਿੰਗ ਕਰਾਂਗੇ ਨਾ ਉਦੋਂ ਦੇਖਾਂਗੇ, ਠੀਕ ਹੈ। ਇਹ ਵੀ ਹੋ ਸਕਦਾ ਵੀ ਇਹ ਵੱਡਾ ਵੀ ਹੋ ਜਾਵੇ ਅਤੇ ਡਿਮੈਂਸ਼ਨ ਵੀ ਇੰਨੀ ਹੀ ਰਹੇ, ਚਲੋ ਕਰ ਹੀ ਦਿੰਦੀ। ਸਕੇਲ ਕਮਾਂਡ ਲਿੱਤੀ, ਐਕਚੁਲੀ ਕੀ ਆ ਉਹਦੇ ਵਾਸਤੇ ਕਈ ਚੀਜ਼ਾਂ ਸਿਖਾਉਣੀਆਂ ਪੈਣੀਆਂ ਹੋਰ, ਇਸ ਕਰਕੇ ਠੀਕ ਹੈ ਨੈਕਸਟ ਡਿਮੈਂਸ਼ਨ ਕਰਾਂਗੇ। ਫਿਲਹਾਲ ਮੈਂ ਤੁਹਾਨੂੰ ਸਕੇਲ ਕਰਾਉਣ ਲੱਗਿਆ ਸੀਗਾ, ਹਾਂ ਇੱਕ ਕੰਮ ਕਰ ਸਕਦੇ ਹਾਂ ਅਲਟੀਮੇਟ। ਹੁਣ ਜਿੱਦਾਂ ਮੈਨੂੰ ਜਗ੍ਹਾ ਪ੍ਰੋਬਲਮ ਹੋ ਰਹੀ ਹੈ ਨਾ, ਇਹ ਜਗ੍ਹਾ ਜ਼ਿਆਦਾ ਹੈ, ਠੀਕ ਹੈ, ਅਸੀਂ ਕੀ ਕਰਦੇ ਹਾਂ ਸਕੇਲ ਕਮਾਂਡ ਲੈ ਕੇ ਇਹ ਟਾਈਟਲ ਬਲੋਕ ਦਾ ਹੀ ਸਕੇਲ ਛੋਟਾ ਕਰ ਦਿੱਤਾ, 0.5 ਕਰ ਦਾਂਗੇ ਤਾਂ ਸਾਰੀਆਂ ਡਿਮੈਂਸ਼ਨਾਂ ਸਾਰੀ ਡਰਾਇੰਗ ਅੱਧੀ ਹੋ ਜਾਂਦੀ ਹੈ, ਅਤੇ ਆਪਾਂ ਇਹਨੂੰ ਮੂਵ ਕਰਕੇ ਜਾਂ ਕਾਪੀ ਕਰ ਲੈਂਦੇ ਹਾਂ। ਕਾਪੀ ਕਰਕੇ ਹੁਣ ਪ੍ਰਿੰਟ ਕੱਢਾਂਗੇ ਤਾਂ ਵਧੀਆ ਆਊਗਾ। ਡਰਾਇੰਗ ਸ਼ੀਟ ਐਂ ਨਹੀਂ ਲੱਗਣੀ ਚਾਹੀਦੀ ਵੀ ਖਾਲੀ ਹੋਈ ਪਈ ਹੈ, ਮਤਲਬ ਖਾਲੀ ਨਹੀਂ ਲੱਗਣੀ ਚਾਹੀਦੀ, ਐਂ ਵੀ ਨਹੀਂ ਲੱਗਦਾ ਜਿਹਦਾ ਵੀ ਬਹੁਤ ਸਾਰਾ ਕੁਛ ਪਾ ਦਿੱਤਾ, ਮਤਲਬ ਦੇਖਣ ਨੂੰ ਕਲੀਅਰ ਹੋਣਾ ਚਾਹੀਦਾ। ਬਹੁਤ ਸਾਰਾ ਲਿਖ ਦਾਂਗੇ ਤਾਂ ਵੀ ਪ੍ਰੋਬਲਮ ਹੈ, ਘੱਟ ਖਾਲੀ ਜਗ੍ਹਾ ਛੱਡ ਦਾਂਗੇ ਤਾਂ ਵੀ, ਠੀਕ ਹੈ ਨਾ, ਇਸ ਕਰਕੇ ਆਪਾਂ ਟਾਈਟਲ ਬਲੋਕ ਨੂੰ ਹੀ ਛੋਟਾ ਕਰਨਾ। ਜੇ ਮੈਂ ਸਕੇਲ 2 ਲਿਖ ਦੇਵਾਂ ਤਾਂ ਸਾਰੀਆਂ ਡਿਮੈਂਸ਼ਨਾਂ ਡਬਲ ਹੋ ਜਾਂਦੀਆਂ, ਜੇ 0.5 ਲਿਖ ਦੇਵਾਂ ਤਾਂ ਹਾਫ ਹੋ ਜਾਂਦੀ, ਠੀਕ। ਜੇ ਮੈਂ 5 ਲਿਖ ਦੂੰਗਾ 5 ਗੁਣਾ ਹੋ ਜਾਣਗੀਆਂ, ਜੇ ਮੈਂ 0.25 ਲਿਖ ਦੂੰਗਾ ਤਾਂ ਚੌਥਾ ਹਿੱਸਾ ਰਹਿ ਜਾਂਦਾ, ਠੀਕ ਹੈ, ਸਕੇਲ ਕਮਾਂਡ ਸਮਝ ਆ ਗਈ। ਨੈਕਸਟ ਆਪਾਂ ਕਮਾਂਡ ਕਰਨੀ ਹੈ ਸਟ੍ਰੈਚ, ਸਕੇਲ ਹੋ ਗਈ ਸਟ੍ਰੈਚ ਹੋ ਗਈ। ਸਟ੍ਰੈਚ 'ਚ ਕੀ ਹੈ, ਹੁਣ ਜਿੱਦਾਂ ਇਹ ਨਹੀਂ ਲੱਗ ਰਿਹਾ ਵੀ ਇਹ ਜਿਹੜਾ ਟਾਈਟਲ ਬਲੋਕ ਹੈ ਇਹ ਛੋਟਾ ਰਹਿ ਗਿਆ, ਅਤੇ ਆਪਾਂ ਨੂੰ ਇਹ ਸਾਰੇ ਨੂੰ ਇੱਥੇ ਦਾ ਲੈ ਕੇ ਆਉਣਾ, ਤਾਂ ਕਰਾਂਗੇ ਸਟ੍ਰੈਚ, ਜਿੰਨੇ ਪੋਰਸ਼ਨ ਨੂੰ ਮੈਂ ਸਿਲੈਕਟ ਕਰੂੰਗਾ ਗ੍ਰੀਨ ਵਿੰਡੋ ਦੇ ਨਾਲ ਉਹਨਾਂ ਪੋਰਸ਼ਨ ਹੀ ਮੂਵ ਹੋਊਗਾ। ਔਰਥੋ ਔਨ ਕਰ ਲੈਂਦੇ, ਅੱਛੀ ਜਿਹੀ ਇਗਜ਼ਾਮਪਲ ਕਰਦੇ ਹਾਂ। ਸਪੋਜ਼ ਕਰੋ ਮੈਂ ਕੋਈ ਚੀਜ਼ ਬਣਾਈ, ਮੈਂ ਕੀ ਲਿਖਿਆ, ਮੈਂ ਲਿਖਿਆ ਐਚ, ਪਰ ਦੇਖਣ ਨੂੰ ਸਹੀ ਨਹੀਂ ਲੱਗ ਰਿਹਾ, ਤਾਂ ਆਪਾਂ ਕੀ ਕਰਾਂਗੇ ਸਟ੍ਰੈਚ ਲਵਾਂਗੇ, ਇਹਨੂੰ ਕਲਿੱਕ ਕਰਕੇ ਇਹਦੀ ਸਕੇਚ
स्ट्रेच करांगे एनु सेलेक्ट करके एडी सी च ले आओ स्ट्रेच करांगे एनु सेलेक्ट करके एडी सी च ले आओ स्ट्रेच करांगे एनु सेलेक्ट करके एडी सी च ले आओ फेस स्ट्रेच करांगे सॉरी कमांडी गलत कर दी जिन्ने पोर्शन में मैं ग्रीन विंडो दे ना सिलेक्ट कर रहा हूँ ना वो स्ट्रेच करेंगे जिन्ने पोर्शन नो मैं ग्रीन विंडो ना सिलेक्ट करूँगा वो ही स्ट्रेच होएगा ना हाँ उन्ना ही पोर्शन अजी वैल्यू भी पार कर देंगे ਤੁਹਾਨੂੰ ਵੈਲਿਊ ਪਤਾ ਹੈਗੀ ਹੈ ਤਾਂ ਇੱਥੇ ਮੈਂ 100 ਕੀਤਾ ਤਾਂ ਇਹ 100 ਵੱਧ ਗਿਆ ਜਿੰਨੀ ਇਹ ਡਿਮੈਂਸ਼ਨ ਸੀਗੀ 189.23 ਠੀਕ ਹੈ ਤਾਂ ਮੈਂ ਕੀ ਕਰਦਾ ਇਹਨੂੰ ਸਟ੍ਰੈਚ ਕਰ ਦਿੰਦਾ ਅੰਦਰ ਨੂੰ 89.23 ਅਤੇ ਐਗਜੈਕਟ 100 ਰਹਿ ठीक है ये भी डिमेंशन के लिए 89.93 तो अपन पहला है ना स्ट्रेच कर देते हैं 100 तो 189.93 हो गया फिर स्ट्रेच मैं कर देना 89.9 ठीक है आप सीधा भी ऐड कर सकते जी फिर दिमाग लगाना पड़ना जी आप सीधी वैल्यू का मतलब मींस इतना भी ज्यादा वैल्यू की लोड नहीं पड़ती है ना पड़ती है पड़ती है हम पढ़े लिखे लोग हैं क्या सानू हमेशा वैल्यू की डिमेंशन की लोड है ठीक है तो मैं तुम्हें स्ट्रेच करना सिखा रहे ਕਰਾਂਗੇ ਤਾਂ ਆਪਾਂ ਵੈਲਿਊ ਦੇ ਨਾਲ ਹੀ ਨਾ ਵੀ ਕਿੰਨਾ ਵਧਾ ਦਿਓ ਕੋਈ ਕਹਿੰਦਾ 100 ਹੈ ਠੀਕ ਹੈ ਨਾ ਹੁਣ ਆਪਾਂ 3 ਫੁੱਟ ਦਾ ਦਰਵਾਜ਼ਾ ਲਗਾਇਆ ਅਗਲਾ ਕਹਿੰਦਾ ਨਹੀਂ ਨਹੀਂ 4 ਫੁੱਟ ਦਾ ਦਰਵਾਜ਼ਾ ਲਾ ਤੂੰ ਫੜ ਕੇ ਸਟ੍ਰੈਚ ਕਰ ਦਿਓ ਠੀਕ ਹੈ ਨਾ ਕੋਈ ਕਹਿੰਦਾ 3 ਨਹੀਂ ਚਾਹੀਦਾ ਸਾਨੂੰ ਤਾਂ 2.5 ਫੁੱਟ ਦਾ ਦਰਵਾਜ਼ਾ ਚਾਹੀਦਾ ਘਟਾਉਣਾ ਪੈਣਾ ਠੀਕ ਹੈ ਸਿਲੈਕਟ ਕਰਾਂਗੇ ਤਾਂ ਹੀ ਘਟੂਗਾ ਤੁੱਕਾ ਨਹੀਂ ਮਾਰਨਾ ਠੀਕ ਹੈ ਬਸ ਇੱਕ ਚੀਜ਼ ਧਿਆਨ ਰੱਖਣੀ ਹੈ ਸਟ੍ਰੈਚ ਕਰਦੇ ਹੋਏ ਜੇ ਅਸੀਂ ਇੱਕ ਇੱਕ ਕਰਕੇ ਸਿਲੈਕਟ ਕਰਾਂਗੇ ਤਾਂ ਸਟ੍ਰੈਚ ਨਹੀਂ ਹੋਊਗਾ ਸਟ੍ਰੈਚ ਕਰਦੇ ਹੋਏ ਹਮੇਸ਼ਾ ਗ੍ਰੀਨ ਵਿੰਡੋ ਦੇ ਨਾਲ ਹੀ ਟੱਚ ਕਰੋ ਲੈਫਟ ਤੋਂ ਰਾਈਟ ਆਉਂਦੇ ਆ ਤਾਂ ਬਲੂ ਬਣਦੀ ਹੈ ਰਾਈਟ ਟੂ ਲੈਫਟ ਆਉਂਦੇ ਆ ਤਾਂ ਗ੍ਰੀਨ ਬਣਦੀ ਹੈ ਸਟ੍ਰੈਚ ਵੀ ਸਮਝ ਆ ਗਈ